ਪਿੰਡ ਸਹੂੰਗੜਾਂ ਦੀ ਸਮੂਹ ਨਗਰ ਵੱਲੋਂ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਬੜੀ ਸ਼ਰਧਾ ਤੇ ਪ੍ਰੇਮ ਭਾਵ ਨਾਲ ਮਨਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਗੁਰੂ ਜੀ ਦੀ ਪਾਲਕੀ ਵੀ ਸੁੰਦਰ ਢੰਗ ਦੇ ਨਾਲ ਸਜਾਈ ਹੋਈ ਸੀ। ਗੁਰੂ ਮਹਾਰਾਜ ਜੀ ਦੇ ਸਵਾਗਤ ਲਈ ਨਗਰ ਵੱਲੋਂ ਥਾਂ ਥਾਂ ਉੱਤੇ ਸਵਾਗਤੀ ਗੇਟ ਬਣਾਏ ਹੋਏ ਸਨ। ਪਹਿਲੇ ਪੜਾਅ ਦੇ ਸਮੂਹ ਖੇਲਾ ਪਰਿਵਾਰ ਵੱਲੋਂ ਛੋਲੇ ਪੂਰੀਆਂ ਦਾ ਲੰਗਰ ਵੀ ਵਰਤਾਇਆ ਗਿਆ ਅਤੇ ਹੋਰ ਬਾਕੀ ਗੇਟਾਂ ਉੱਤੇ ਚਾਹ ਪਕੌੜਿਆਂ ਤੇ ਫਲਾਂ ਦੀ ਸੇਵਾ ਕੀਤੀ ਗਈ। ਰਾਗੀ ਭਾਈ ਪਰਮਿੰਦਰ ਸਿੰਘ ਨੇ ਗੁਰੂ ਸਾਹਿਬ ਜੀ ਦੀ ਜੀਵਨ ਲੀਲਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੰਗਤਾਂ ਵੱਲੋਂ ਰਸਤਿਆਂ ਦੀ ਸਫਾਈ ਕੀਤੀ ਗਈ ਅਤੇ ਇਸ ਮੌਕੇ ਉੱਤੇ ਦਰਜਨਾਂ ਪਿੰਡਾਂ ਦੇ ਸਮੂਹ ਸੰਗਤ ਵੀ ਹਾਜ਼ਰ ਸਨ। ਬਲਾਚੌਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਹਰਮੇਲ ਸੁੰਗੜਾ ਦੀ ਰਿਪੋਰਟ। ਡੋਲਣ ਤੇਰਾ ਸੋ ਪ੍ਰਭੂ ਨਾਨਕ ਦੇ ਕਰ ਹੱਥ ਸਭ ਆ ਗਏ ਅਰਦਾਸ ਹਮਾਰੀ ਦਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਤਨ ਮਰਨ ਤੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਰਾਮ ਦੇ ਭਗਤੀ ਲਾਇਨ ਹਰ ਕਿਉਂ ਲੈਣ ਮਿਲਾਏ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਫਿਰ ਮਰ ਨੂੰ ਜਗ ਜਾਏਗੇ ਸਤ ਭਾਖ ਰਵਿਦਾਸ ਕੈਸੀ ਲਾਲ ਕੁਝ ਮਿਲ ਕੌਣ ਕਰੇ ਗਰੀਬ ਨਿਵਾਜ ਵਸਈਆ ਮੇਰਾ ਮਾਥਾ ਸ਼ੁਕਰ ਤਰ ਹੈ ਜਾ ਕੀ ਸ਼ੋਕ ਜਗਤ ਕੋ ਲਾਗੈ ਤਾਂ ਪਰ ਤੋਂ ਹੀ ਕਰੈ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਡਾਂਗਰੈ ਨਾਮ ਦੇਵ ਕਬੀਰ ਤਲੋਚਨ ਸਦਾ ਸਹਿਰ ਤਰੈ ਰਵਿਦਾਸ ਸੁਣੋ ਰੇ ਸੰਤ ਹਰ ਜੀਉ ਤੇ ਸਭੈ ਸਰੈ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਮੇਰਾ ਗੋਲ ਕੀ ਚੋਂ ਉੱਚ ਕਰੇ ਮੇਰਾ ਗੋਲ ਕੀ ਚੋਂ
ਨਾਮ ਦੇਵ ਤੀਰਥ ਰੋਸ਼ਨ ਸਤਨਾਮ ਸਹਿਣ ਕਰੈ।